ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸਭ ਨੂੰ ਜੀਓ ਆਇਆ। ਸਰਦਾਰ ਬਲਕੌਰ ਸਿੰਘ ਜੀ, ਉਹਨਾਂ ਤੋਂ ਬਾਅਦ ਦਮਦਮੀ ਟਕਸਾਲ ਦੇ ਮਹਾਨ ਬੁਲਾਰੇ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ, ਅਤੇ ਉਹਨਾਂ ਤੋਂ ਬਾਅਦ ਪੂਰੇ ਸੰਤ ਸਮਾਜ ਵੱਲੋਂ, ਮਹਾਂਪੁਰਸ਼ਾਂ ਵੱਲੋਂ ਬਾਬਾ ਗੁਰਪਾਲ ਸਿੰਘ ਜੀ 18F ਰਾਜਸਥਾਨ ਵਾਲੇ ਹਾਜ਼ਰੀ ਭਰਨਗੇ ਸਰਦਾਰ ਬਲਕੌਰ ਸਿੰਘ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਬਹੁਤ ਹੀ ਸੁਭਾਗੇ ਸਮੇਂ 'ਤੇ ਇਕੱਠੇ ਹੋਏ ਸਮੂਹ ਸਾਧ ਸੰਗਤ, ਫਤਿਹ ਪ੍ਰਵਾਨ ਕਰਿਓ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤ ਮਹਾਂਪੁਰਸ਼ ਜਦੋਂ ਚੱਲਦੇ ਨੇ ਕਿਸੇ ਵੀ ਕਾਰਜ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਵਿੱਚ ਕੋਈ ਮਤਲਬ, ਆਪਣਾ ਮਤਲਬ ਨਹੀਂ ਹੁੰਦਾ, ਸਮਾਜ ਸੇਵਾ ਹੁੰਦੀ ਹੈ, ਧਾਰਮਿਕ ਸੇਵਾ ਹੁੰਦੀ ਹੈ, ਲੋਕਾਂ ਦੀ ਸੇਵਾ ਹੁੰਦੀ ਹੈ, ਮਾਨਵਤਾ ਦੀ ਸੇਵਾ ਹੁੰਦੀ ਹੈ। ਜਥੇਦਾਰ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਜਿਨ੍ਹਾਂ ਨੇ ਹਮੇਸ਼ਾ ਹੀ ਮਾਨਵਤਾ ਦੇ ਭਲੇ ਵਾਸਤੇ ਕੋਈ ਵੀ ਕਾਰਜ ਹੋਵੇ, ਸਮਾਜਿਕ ਹੋਵੇ, ਧਾਰਮਿਕ ਹੋਵੇ, ਹਰ ਇੱਕ ਸਟੇਜ 'ਤੇ ਜਾ ਕੇ ਇਹਨਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਹੈ, ਮਾਨਵਤਾ ਦੇ ਭਲੇ ਦੀ ਗੱਲ ਕੀਤੀ ਹੈ। ਸਤਿਗੁਰਾਂ ਦਾ ਪ੍ਰਚਾਰ ਪ੍ਰਸਾਰ ਅਸੀਂ ਦੇਖਿਆ ਉਸ ਸਮੇਂ ਦੇ ਵਿੱਚ, ਜਦੋਂ ਹਰ ਇੱਕ ਤਰਫ, ਚਾਰੋਂ ਤਰਫ ਇਹ ਲੱਗਦਾ ਹੁੰਦਾ ਸੀ ਵੀ ਇੱਥੇ ਵੀ ਲੜਾਈ ਹੋਣੀ ਹੈ, ਇੱਥੇ ਵੀ ਪਤਾ ਨਹੀਂ ਕੀ ਪੰਗਾ ਹੋਣਾ ਹੈ। ਸੰਤਾਂ ਮਹਾਂਪੁਰਸ਼ਾਂ ਨੇ ਉੱਥੇ ਵੀ ਅੱਗੇ ਹੋ ਕੇ ਪੰਥ ਲਈ ਲੜਾਈਆਂ ਲੜੀਆਂ। ਅੱਜ ਇਸ ਸ਼ੁਭ ਮੌਕੇ 'ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ 21 ਸੁਭਾਗੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਹੈ, ਉਹਨਾਂ ਦੇ ਆਨੰਦ ਕਾਰਜ ਹੋਏ ਨੇ। ਮੈਂ ਆਪਣੇ ਵੱਲੋਂ ਸਮੂਹ ਸਾਧ ਸੰਗਤ ਨੂੰ, 21 ਸੁਭਾਗੇ ਜੋੜਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਆਏ ਹੋਏ ਸਮੂਹ ਮਹਾਂਪੁਰਸ਼ਾਂ ਨੂੰ, ਰਾਜਨੀਤਿਕ, ਸਮਾਜਿਕ, ਧਾਰਮਿਕ ਸ਼ਖਸੀਅਤਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ, ਧੰਨਵਾਦ ਕਰਦਾ ਕਿ ਸਾਡੇ ਇਲਾਕੇ 'ਚ ਐਸੇ ਮਹਾਂਪੁਰਸ਼ ਨੇ, ਐਸੇ ਕਾਰਜ ਹੁੰਦੇ ਨੇ। ਅਸੀਂ ਵੀ ਵਡਭਾਗੀ ਹੁੰਦੇ ਹਾਂ ਕਿ ਇਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਸਿੱਖ ਸੰਗਤਾਂ ਦੇ ਦਰਸ਼ਨ, ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਹਾਂ। ਬਹੁਤ ਬਹੁਤ ਵਧਾਈ ਸਾਰਿਆਂ ਨੂੰ। ਇਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਧਰਮ ਦੇ ਕਾਰਜ ਚੱਲਦੇ ਰਹਿਣ, ਹੁੰਦੇ ਰਹਿਣ, ਸੰਤ ਮਹਾਂਪੁਰਸ਼ ਅੱਗੇ ਲੈ ਕੇ ਹੋ ਕੇ ਕਰਦੇ ਰਹਿਣ, ਸਾਨੂੰ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹਿਣ। ਬਹੁਤ ਬਹੁਤ ਵਧਾਈ ਸਮੂਹ ਸੰਗਤਾਂ ਨੂੰ, ਸੰਪੂਰਨ ਪਰਿਵਾਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।